ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਮਕੋਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸਾਜ ਵਿੱਚ ਪੰਥ ਦੀ ਮਹਾਨ ਸ਼ਖਸੀਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ 8 ਅਕਤੂਬਰ 2013 ਤੇਈ ਅਸੂ ਨਾਨਕਸ਼ਹੀ ਸਮੰਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਫੋਨ ਮੈਸੇजेस ਟੈਕਸ ਮੈਸੇजेस ਫੇਸਬੁੱਕ ਮੈ ਸਾਡੀ ਪਹਿਲੀ ਈਮੇਲ ਆਈ ਹੈ ਜੂਲੀਆ ਕਾਬਾ ਨੋਵਾ ਜੀ ਦੀ ਇਹ ਲਿਖਦੇ ਹਨ ਸਰਦਾਰ ਅਮਰ ਅਮਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਤੇ ਤੁਹਾਡੇ ਸਾਥੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਵੱਲੋਂ ਬੋਲਿਆ ਗਿਆ ਇੱਕ ਇੱਕ ਸ਼ਬਦ ਹਰ ਉਸ ਸਿੱਖ ਵੱਲੋਂ ਸੁਨਿਆ ਜਾਂਦਾ ਹੈ ਜਿਹੜਾ ਪੰਥ ਦੀ ਚੜ੍ਹਦੀ ਕਲਾ ਚਾਹੁੰਦਾ ਹੈ ਤੁਹਾਡਾ ਸੱਚੋ ਸੱਚ ਪਰੋਮ ਸਾਡੇ ਲਈ ਗਿਆਨ ਉਤਸ਼ਾਹ ਅਤੇ ਪ੍ਰੇਰਨਾ ਦਾ ਸਰੋਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਗੁਰਸਿੱਖੀ ਦੇ ਅਸਲ ਸਿਧਾਂਤਾਂ ਦੀ ਸੂਝ-ਬੂਝ ਦੇ ਰਹੇ ਹੋ ਅਤੇ ਸਾਨੂੰ ਇਹ ਚਾਨਣਾ ਕਰਵਾ ਰਹੇ ਹੋ ਕਿ ਸਾਡਾ ਸਿੱਖ ਦੇ ਨਾਤੇ ਮੂਲ ਵਿਰਸਾ ਕਿੰਨਾ ਅਮੀਰ ਹੈ ਸਤਰੀਆਕਾਰ ਜੀ ਡਾਕਟਰ ਸਾਹਿਬ ਅ ਵੀ ਜੂਲੀਆ ਕਾਵਨੋਵਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਇਹ ਗੁਰਸਿੱਖ ਵੀਰ ਨੇ ਚੰਗੀ ਭਾਵਨਾ ਰੱਖਦੇ ਨੇ ਜੀ ਇਹ ਨਿੱਜੀ ਤੌਰ ਤੇ ਵੀ ਮੈਨੂੰ ਮਿਲੇ ਤੇ ਕਹਿਣ ਲੱਗੇ ਜੀ ਮੈਂ ਹੀ ਐ ਕੌਣ ਹੋਵਾ ਜੀ ਕਾਵਨੋਵਾ ਜੀ ਸੋ ਚੰਗੀ ਗੱਲ ਹੈ ਨਾ ਵੀ ਬੜਾ ਉਹਨਾਂ ਨੇ ਯੂਨੀਕ ਚੁਣਿਆ ਜੀ ਉਹ ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਨੇ ਮੈਨੂੰ ਸਮਝਦਾ ਵੀ ਅਸੀਂ ਤਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਵਡਿਆਈ ਦੇ ਨਾਲ ਜੋ ਸਤਿਗੁਰੂ ਤੋਂ ਭੋਂਦਾ ਉਸ ਦੇ ਮੁਤਾਬਕ ਜਿੰਨੀ ਗੁਰੂ ਨੇ ਸਮਰਥਾ ਦਿੱਤੀ ਹੈ ਜੀ ਆਪਣੀ ਗੱਲ ਕਹਿਣ ਦਾ ਯਤਨ ਕਰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤ ਗੁਰਸੰਗ ਕੀਰੇ ਹਮ ਥਾਪੇ ਵਡਿਆਈ ਸਤਿਗੁਰੂ ਦੀ ਹੈ ਬਖਸ਼ਿਸ਼ ਵੀ ਸਤਿਗੁਰੂ ਦੀ ਹੈ ਜੀ ਸਤਿਗੁਰੂ ਚੋਂ ਤਾਂ ਕਿਸੇ ਬਚਿੱਤਰ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਮਸਤ ਹਾਥੀਆਂ ਦੇ ਨਾਲ ਟੱਕਰਾ ਕਰਵਾ ਸਕਦੇ ਨੇ ਜੀ ਤੇ ਜੇ ਕੋਈ ਆਪਣੇ ਹੰਕਾਰ ਜਾਂ ਆਪਣੀ ਬੁੱਧੀ ਤੇ ਮਾਣ ਕਰੇ ਤੇ ਫਿਰ ਉਹ ਮਸੰਦ ਦੁਨੀ ਚੰਦ ਦੀ ਤਰ੍ਹਾਂ ਕੰਦ ਤੋਂ ਚਾਰ ਮਾਰ ਕੇ ਕੰਦ ਟੱਪ ਕੇ ਦੌੜ ਸਕਦੇ ਸੋ ਇਹ ਸਾਰੇ ਪੀਰੀਅਡਸ ਅਸੀਂ ਸਮਝਦੇ ਆਂ ਵੀ ਇਹ ਸਿੱਖ ਸੰਤਾਂ ਦਾ ਪਿਆਰ ਹੈ ਜੀ ਔਰ ਗੁਰੂ ਦੀ ਆਪਣੀ ਵਡਿਆਈ ਹੈ ਕਿ ਉਹ ਸਾਥੋਂ ਕੋਈ ਸੇਵਾ ਲੈ ਰਹੇ ਨੇ ਜੀ ਜੀ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿੰਨੇ ਚੈਲੰਜ ਸਾਡੇ ਸਾਹਮਣੇ ਨੇ ਔਰ ਚਾਰ ਚਫੇਰਿਓਂ ਖਾਸ ਤੌਰ ਤੇ ਹਿੰਦੁਸਤਾਨ ਦੀ ਹਕੂਮਤ ਨੇ ਉਹਦੇ ਜਿਹੜੀ ਵੀ ਹਕੂਮਤ ਬਣੀ ਹੈ ਪਿਛਲੇ 68 ਸਾਲ ਚਨ ਜਨਰਲ ਪਿਛਲੇ 32 ਸਾਲ ਚਨ ਪਾਰਟਿਕੂਲਰ ਜੀ ਉਹਨਾਂ ਨੇ ਚਾਣਕਿਆ ਨੀਤੀ ਦੇ ਸਾਰੇ ਹੀ ਹਥਿਆਰ ਚਾਰੋਂ ਸ਼ਾਮਦਾਮ ਦੰਡ ਭੇਦ ਸਿੱਖਾਂ ਦੇ ਉੱਤੇ ਅਪਲਾਈ ਕੀਤੇ ਹੋਏ ਨੇ ਜੀ ਔਰ ਪੰਜਾਬ ਦਾ ਮਾਹੌਲ ਜਾਂ ਸਾਡੀਆਂ ਮੁੱਖ ਸਿੱਖ ਸੰਸਥਾਵਾਂ ਉਹ ਹਿੰਦੂਤਵਾ ਦੇ ਰੰਗ ਦੇ ਵਿੱਚ ਰੰਗੀਆਂ ਜਾ ਰਹੀਆਂ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਔਰ ਕਈ ਵਾਰ ਉਥੋਂ ਜਦੋਂ ਉਥੋਂ ਦੇ ਕੋਈ ਕੰਸਰਨਡ ਵੀਰਾਂ ਪੈਣਾ ਤੱਕ ਗੱਲ ਪਹੁੰਚਾਈ ਜਾਂਦੀ ਹੈ ਤੇ ਉਹ ਕਹਿਣਗੇ ਕਿ ਜੀ ਤੁਸੀਂ ਤਾਂ ਬਾਹਰ ਬੈਠੇ ਫਿਕਰਮੰਦ ਹੁੰਦੇ ਹੋ ਇੱਥੇ ਤਾਂ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਮੌਲੀ ਆਲਾ ਲਾੜ ਧਾਗਾ ਬਨ ਲਿਆ ਕਿ ਰਖੜੀ ਬਨ ਲਈ ਕਿ ਮੁਗੜ ਪਾ ਲਿਆ ਕਿ ਜਗਰਾਤਾ ਕਰਾ ਲਿਆ ਜੀ ਇੱਥੇ ਤਾਂ ਕਹਿੰਦੇ ਹੀ ਆ ਜੀ ਸਭ ਰੱਬ ਦੀ ਗੱਲ ਹੀ ਹੈ ਜਿਹੜੇ ਆਮ ਵਿਸ਼ਵਾਸ ਵਾਲੇ ਨੇ ਤੇ ਸਿਆਸੀ ਲੋਕ ਕਹਿੰਦੇ ਨੇ ਜੀ ਅਸੀਂ ਵੋਟਾਂ ਨਹੀਂ ਲੈਣੀ ਐ ਤੇ ਇਹ ਨਾ ਕਰਾਂਗੇ ਤਾਂ ਵੋਟਾਂ ਸਾਨੂੰ ਕੌਣ ਪਾਏਗਾ ਜੀ ਸੋ ਰੱਬ ਨੂੰ ਵੀ ਲੋਗਨ ਰਾਮ ਖਡੋਣਾ ਜਾਣਾ ਜਿਵੇਂ ਕਿ ਵੀ ਖਲੋਣਾ ਜਾਣਾ ਤਬੀਰ ਸਾਹਿਬ ਦਾ ਜੀ ਕਿ ਰੱਬ ਨੂੰ ਵੀ ਖਡੋਣਾ ਬਣਾ ਦਿੱਤੇ ਉਹ ਵੀ ਵੋਟਾਂ ਦੇ ਥੱਲੇ ਲਿਆ ਆਂਦਾ ਤੇ ਸੱਚ ਕਿਹਨੇ ਕਹਿਣਾ ਜਾਂ ਸਿੱਖੀ ਦੀ ਗੱਲ ਕਿਹਨੇ ਕਰਨੀ ਹੈ ਜੀ ਔਰ ਲੇਟਲੀ ਇਹ ਟ੍ਰੈਂਡ ਦੇਖਣ ਚ ਆ ਰਿਹਾ ਹੈ ਵੀ ਜਿਹੜੇ ਉੱਥੇ ਸਚਾਰਤਾ ਦੇ ਨਾਲ ਸਿੱਖੀ ਦੀ ਗੱਲ ਕਰਦੇ ਨੇ ਜੀ ਉਹਨਾਂ ਨੂੰ ਦੂਜੇ ਫਿਰਕਿਆਂ ਵਾਲਿਆਂ ਤੋਂ ਹਿੰਦੂਤਵੀ ਜਿਹੜੇ ਨੇ ਅਦਾਲਤਾਂ ਦੇ ਵਿੱਚ ਜਾਂ ਪੁਲਿਸ ਥਾਣੇ 'ਚ ਕੇਸ ਰਜਿਸਟਰ ਕਰਾ ਦਿੰਦੇ ਨੇ ਜੀ ਕਿ ਜੀ ਇਹ ਸਾਡੇ ਧਾਰਮਿਕ ਸਜ਼ਬਾਤਾਂ ਨੂੰ ਢੁਕਾ ਰਿਹਾ ਹੈ ਜਾਂ ਸਾਡੇ ਧਾਰਮਿਕ ਸਜ਼ਬਾਤਾਂ ਨੂੰ ਠੇਸ ਪਹੁੰਚਾ ਰਿਹਾ ਹੈ ਜੀ ਢੁਕਾਣਾ ਤਾਂ ਦੂਜੇ ਪਾਸੇ ਹੈ ਕਿ ਜੀ ਆਪਣੇ ਲੋਕਾਂ ਨੂੰ ਢੁਕਾ ਕੇ ਸਾਡੇ ਧਾਰਮਿਕ ਸਜ਼ਬਿਆਂ ਨੂੰ ਠੇਸ ਪਹੁੰਚਾ ਰਹੇ ਹਨ ਇਸ ਕਿਸਮ ਦਾ ਇੱਕ ਵਾਕਿਆ ਮੈਂ ਪਿਛਲੇ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਕੋਈ ਸ਼ਾਇਦ ਦਿੱਲੀ ਸਥਿਤ ਕੈਪਟਨ ਕਰਕੇ ਉਹਨਾਂ ਦੇ ਨਾਮ ਨਾਲ ਹੈ ਨਾ ਮੈਨੂੰ ਭੁੱਲ ਗਿਆ ਹੈ ਜੀ ਕਿ ਉਹਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਿਸੇ ਈਸਾਈ ਪਾਦਰੀ ਦੇ ਨਾਲ ਜਿਹੜਾ ਕਿ ਕੁਝ ਸਿੱਖ ਪਰਿਵਾਰਾਂ ਨੂੰ ਈਸਾਈ ਬਣਾ ਰਿਹਾ ਸੀ ਉਸ ਦੇ ਨਾਲ ਡਾਇਲੌਗ ਕੀਤਾ ਗੁਫ਼ਤਗੂ ਕੀਤੀ ਜੀ ਔਰ ਉਹਨੂੰ ਲਾਜਵਾਬ ਕੀਤਾ ਔਰ ਉਸ ਸੰਬੰਧੀ ਜੋ ਵੀ ਗੱਲਬਾਤ ਹੋਈ ਉਹਨਾਂ ਨੇ ਇੱਕ ਕਿਤਾਬ ਚ ਦੇ ਵਿੱਚ ਲਿਖੀ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਪੜ੍ਹਦੇ ਆਂ ਪਾਇਦਿਤ ਸਿੰਘ ਹੋਰਾਂ ਦਾ ਕਿ ਮੇਰਾ ਤੇ ਸਾਧੂ ਧਿਆਨੰਦ ਦਾ ਸੰਵਾਦ ਜੀ ਸੋ ਲਾਹੌਰ ਦੇ ਵਿੱਚ ਸ਼ਾਲੀਮਾਰ ਬਾਗ ਚ ਪਾਇਦਿਤ ਸਿੰਘ ਹੋਰਾਂ ਨੇ ਧਿਆਨੰਦ ਨੂੰ ਲਾਜਵਾਬ ਕੀਤਾ ਜੀ ਔਰ ਇਸ ਤਰ੍ਹਾਂ ਆਰੀਆ ਸਮਾਜੀਆਂ ਨੂੰ ਇਹ ਚੈਲੰਜ ਹੋਇਆ ਨੇ ਤਾਂ ਉਹ ਸਮਝਦੇ ਸੀ ਜੀ ਕਿ ਧਿਆਨੰਦ ਤਾਂ ਇਨਾ ਵੱਡਾ ਸ਼ਾਸਤਰਾਂ ਦਾ ਗਿਆਤਾ ਹੈ ਉਹਦੇ ਸਾਹਮਣੇ ਤਾਂ ਕੋਈ ਖਲੋਈ ਨਹੀਂ ਸਕਦਾ ਸੋ ਭਾਈ ਗੱਤ ਸਿੰਘ ਉਹਨਾਂ ਨੇ ਚੈਲੰਜ ਕਬੂਲ ਕੀਤਾ ਔਰ ਉਹਨੂੰ ਦੱਸਿਆ ਕਿ ਭਾਈ ਇਹ ਤੇਰਾ ਸਾਰਾ ਕੀ ਫਰਾਡ ਹੈ ਜਿਹੜਾ ਤੂੰ ਵੇਚ ਰਿਹਾ ਔਰ ਸਾਡੀ ਗੁਰਮਤ ਜਿਵੇਂ ਕਿੰਨੀ ਨਿਗਰ ਹੈ ਜੀਵਨ ਜਾਚ ਹੈ ਔਰ ਕਿਵੇਂ ਸਰਬੱਤ ਦੇ ਭਲੇ ਦਾ ਸਨੇਹਾ ਇਸ 'ਚ ਸੋ ਇਸੇ ਤਰ੍ਹਾਂ ਇਹ ਜਿਹੜੇ ਸੱਜਣ ਨੇ ਇਹਨਾਂ ਨੇ ਉਸ ਈਸਾਈ ਪਾਦਰੀ ਨੂੰ ਜਿਹੜਾ ਸਿੱਖਾਂ ਨੂੰ ਈਸਾਈ ਬਰਾਣ ਤੇ ਲੱਗਾ ਸੀ ਲਾਜਵਾਬ ਕੀਤਾ ਉਸ ਨੂੰ ਕਿਤਾਬ 'ਚ ਰੂਪ 'ਚ ਛਾਪਿਆ ਔਰ ਹੁਣ ਉਸ ਕਦਾਪਚੇ ਨੂੰ ਆਧਾਰ ਬਣਾ ਕੇ ਜਿਹੜੇ ਉਸ ਇਲਾਕੇ ਦੇ ਉਸ ਕਿਸਮ ਦੇ ਸ਼ਰਾਰਤੀ ਪਾਦਰੀ ਨੇ ਉਹਨਾਂ ਨੇ ਪੁਲਸ ਕੇਸ ਰਜਿਸਟਰ ਕਰ ਦਿੱਤਾ ਹੈ ਉਹਦੇ ਖਿਲਾਫ ਕਿ ਜੀ ਇਹ ਤਾਂ ਸਾਡੀਆਂ ਧਾਰਮਿਕ ਪਾਵਨਾਵਾਂ ਨੂੰ ਹਰਟ ਕਰ ਰਿਹਾ ਹੈ ਜੀ ਔਰ ਇਹ ਗੱਲ ਅਕਾਲ ਤਖਤ ਸਾਹਿਬ ਤੱਕ ਵੀ ਗਈ ਹੈ ਕਿ ਭਾਈ ਇੰਟਰਵਿਨ ਕਰੋ ਇਸ ਗੱਲ ਤੇ ਉਹਨਾਂ ਨੇ ਵੀ ਕਿਹਾ ਕੋਈ ਨਹੀਂ ਜੀ ਅਸੀਂ ਦੋਨਾਂ ਧਿਰਾਂ ਨੂੰ ਸੱਦ ਕੇ ਆਪਸ ਦੇ ਵਿੱਚ ਸਮਝੌਤਾ ਕਰਾ ਦੇਾਂਗੇ ਵੀ ਕੀ ਜੀ ਸੋ ਜਿਸ ਕਦਰ ਅੱਜ ਸਾਡੇ ਤਖਤ ਸਹਿਬਾਨ ਤੋਂ ਜਿਹੜੇ ਕਿ ਇੱਕ ਪ੍ਰੋਪਰ ਸਿੱਖੀ ਦੀ ਅਗਵਾਈ ਕਰਨ ਵਾਲੇ ਔਰ ਸਿੱਖ ਇਤਾਂ ਦੀ ਰਾਖੀ ਵਾਲੇ ਨੇ ਉਹ ਡਿਲੀਊਟ ਕਰਨ ਤੇ ਲੱਗੇ ਨੇ ਪਿਛਲੇ ਦਿਨਾਂ ਚ ਵੀ ਅਸੀਂ ਮੈਂਸ਼ਨ ਕੀਤਾ ਸੀ ਕਿ ਕਿਵੇਂ ਜਥੇਦਾਰ ਦਾ ਹੀ ਕੋਈ ਜਾਣੂ ਜਾਂ ਰਿਸ਼ਤੇਦਾਰ ਆ ਕੇ ਨਾਮਤਾਰੀਆਂ ਦੇ ਨਿਤਨੇਮ ਦੇ ਗੁਟਕੇ ਵੰਡ ਗਿਆ ਸਤਗੁਰੂ ਰਾਮ ਸਿੰਘ ਜਿਹਨਾਂ ਤੇ ਲਿਖਿਆ ਔਰ ਹਵਨ ਕਰਨ ਦੀ ਵਿਧੀ ਲਿਖੀ ਆ ਵੰਡਿਆ ਵੀ ਹਰਮੰਦਰ ਸਾਹਿਬ ਦੇ ਗ੍ਰੰਥੀਆਂ ਰੱਗ ਗਿਆ ਜੀ ਸੋ ਅਸੀਂ ਸਮਝਦੇ ਆ ਵੀ ਚੈਲੰਜ ਤਾਂ ਇਸ ਕਿਸਮ ਦੇ ਨੇ ਉੱਥੇ ਵੀ ਪਰ ਚਲੋ ਸਾਡੀ ਭਾਵੇਂ ਨਗਾਰਖਾਨੇ ਵਿੱਚ ਇੱਕ ਤੂਤੀ ਵਰਗੀ ਆਵਾਜ਼ ਹੀ ਹੋਏ ਸਾਡਾ ਯਤਨ ਜ਼ਰੂਰ ਹੁੰਦਾ ਹੈ ਕਿ ਵੀ ਅਸੀਂ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਸਿਧਾਂਤਾਂ ਦੇ ਉੱਤੇ ਮਜ਼ਬੂਤੀ ਨਾਲ ਪਹਿਰਾ ਦੰਦਿਆ ਜੋ ਸੱਚ ਹੈ ਉਹ ਕਹੀਏ ਉਹ ਭਾਵੇਂ ਕਿਸੇ ਦੇ ਫਿਰ ਗੋਡੇ ਲੱਗੇ ਭਾਵੇਂ ਗਿੱਟੇ ਲੱਗੇ ਜੀ ਸੋ ਇਨਾ ਕਸੀਂ ਯਤਨ ਜ਼ਰੂਰ ਕਰਦੇ ਹਾਂ ਬਾਕੀ ਵੀਰ ਜੂਲੀਆ ਕਾਵਨੇਵਾ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਸਰੀ ਕੈਨੇਡਾ ਤੋਂ ਵੀਰ ਹਰਜਾਪ ਸਿੰਘ ਬਰਾੜ ਜੀ ਦੀ ਇਹਨਾਂ ਨੇ ਪ੍ਰੋਗਰਾਮ ਸੱਜੋ ਸੱਚ ਨੂੰ ਸੱਚ ਦਾ ਚਾਨਣ ਮੁਰਾਰਾ ਦੱਸਦਿਆਂ ਇਸ ਦੀ ਬੜੀ ਤਾਰੀਫ਼ ਕੀਤੀ ਹੈ ਇਹਨਾਂ ਨੇ ਸਾਨੂੰ ਖਾਲਸਾ ਸਕੂਲ ਸਰੀ ਦੇ ਲੈਂਟਰ ਹੈਡ ਤੇ ਮਾਤਾ ਪਿਤਾ ਯਾਨੀ ਕਿ ਪੇਰੈਂਟਸ ਦੇ ਨਾਂ ਲਿਖੀ ਚਿੱਠੀ ਭੇਜੀ ਹੈ ਜਿਸ ਦੇ ਥੱਲੇ ਕਿਸੇ ਡੀਕੋਰ ਦੇ ਦਸਤਖਤ ਹਨ ਇਸ ਚਿੱਠੀ ਅਨੁਸਾਰ ਖਾਲਸਾ ਸਕੂਲ ਸਰੀ ਵਿੱਚ 15 ਅਕਤੂਬਰ ਤੋਂ ਯੋਗਾ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ ਇਹ ਫਿਜ਼ੀਕਲੀ ਐਜੂਕੇਸ਼ਨ ਕਲਾਸ ਦਾ ਹਿੱਸਾ ਹੋਵੇਗਾ ਇਸ ਚਿੱਠੀ ਵਿੱਚ ਕਲਾਸਾਂ ਦਾ ਸ케ਜੂਲ ਵੀ ਦਿੱਤਾ ਹੋਇਆ ਹੈ ਡਾਕਟਰ ਸਾਹਿਬ ਕੀ ਯੋਗਮਤ ਸਿੱਖੀ ਦਾ ਹਿੱਸਾ ਹੈ ਜੇ ਇਹ ਸਿੱਖੀ ਦਾ ਹਿੱਸਾ ਹੁੰਦਾ ਤਾਂ ਫਿਰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਵਿੱਚ ਯੋਗ ਕੈਂਪ ਕਿਉਂ ਨਹੀਂ ਲਵਾਏ ਕਸਰਤ ਦੇ ਨਾਂ ਤੇ ਕਸਰਤ ਦੇ ਨਾਂ ਥੱਲੇ ਯੋਗ ਨੂੰ ਸਿੱਖੀ ਚ ਲਿਆ ਕੇ ਵਾਰਨਾ ਕਿੱਥੋਂ ਤੱਕ ਦਾ ਜਾਇਜ਼ ਹੈ ਇਸ ਬਾਰੇ ਵੀਰ ਵੀ ਨਾਲ ਦੱਸਣਾ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਵੀਰ ਹਰਜਾਪ ਸਿੰਘ ਬਰਾੜ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਸਰੀ ਤੋ ਲਿਖਿਆ ਅ ਇਸ ਸੰਬੰਧੀ ਹੋਰ ਵੀ ਦੋ ਤਿੰਨ ਫੋਨ ਕਾਲਸ ਉੱਥੋਂ ਆਈਆਂ ਜੀ ਔਰ ਕੱਲ ਦੀ ਪੰਜਾਬ ਸਪੈਕਟ੍ਰਮ ਚ ਵੀ ਉਹਨਾਂ ਨੇ ਵੀਰਵੈ ਨਾਲ ਉਹ ਚਿੱਠੀ ਵੀ ਛਾਪੀ ਹੈ ਜਿਹੜੀ ਕਿ ਬੀਬੀ ਕੋਈ ਡੀ ਕੋਰ ਹੈ ਸ਼ਾਇਦ ਪਤਾ ਨਹੀਂ ਆਪਣਾ ਪਹਿਲਾ ਨਾਂ ਉਹਨਾਂ ਨੇ ਕਿਉਂ ਨਹੀਂ ਲਿਖਿਆ ਜੀ ਉੱਥੇ ਪ੍ਰਿੰਸੀਪਲ ਵੀ ਹੋ ਸਕਦੇ ਨੇ ਕੋਈ ਉਹਨਾਂ ਦੇ ਟੀਚਰ ਵੀ ਹੋ ਸਕਦੀ ਹੈ ਬੀਬੀ ਜੀ ਸੋ ਉਹਨਾਂ ਨੇ ਐਡਰੈਸ ਟੂ ਦਾ ਪੇਰੈਂਟਸ ਮਾਤਾ ਪਿਤਾ ਨੂੰ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਅਸੀਂ ਇਹ ਫਿਜ਼ੀਕਲ এডੂਕੇਸ਼ਨ ਦੇ ਵਿੱਚ ਪਹਿਲਾਂ ਯੋਗਾ ਕਲਾਸਿਸ ਦੀ ਫੀ ਰੱਖੀ ਸੀ ਈਨੇ ਰੁਪਏ 75 ਰੁਪਏ 15 75 ਡਾਲਰ 15 ਡਾਲਰ ਜੀ ਉਹ ਅਸੀਂ ਕਾਫੀ ਇੱਕ ਦੂਜੇ ਨਾਲ ਗੁਫ਼ਤਗੂ ਕਰਕੇ ਐਡਮਿਨਿਸਟਰੇਟਰਸ ਨੇ ਔਰ ਦੂਸਰਿਆਂ ਨੇ ਅਸੀਂ ਇਹ ਫੈਸਲਾ ਕੀਤਾ ਵੀ ਉਹ ਫੀਸ ਅਸੀਂ ਨਹੀਂ ਲਵਾਵਾਂਗੇ ਉਹ ਤੁਸੀਂ ਆਪਣੇ ਵਾਪਸ ਲੈ ਸਕਦੇ ਹੋ ਪੈਸੇ ਤੇ ਪਰ ਉਹਨਾਂ ਨੇ ਕਿਹਾ ਕਿ ਜੀ 15 ਅਕਤੂਬਰ ਤੋਂ ਜਿਹੜੀਆਂ ਨੇ ਯੋਗਾ ਦੀਆਂ ਕਲਾਸਿਸ ਥੱਲੇ ਉਹਨਾਂ ਨੇ ਫਿਰ ਚਾਰ ਪੰਜ ਖਾਨੇ ਆ ਜਿਹੜੀਆਂ ਜਿਹੜੀਆਂ ਕਲਾਸਾਂ ਦਾ ਸ케ਜੂਲ ਹੈ ਜੀ ਉਹ ਮੈਂਸ਼ਨ ਕੀਤੇ ਹੁਣ ਸਾਡਾ ਇਹ ਯਤਨ ਹੁੰਦਾ ਹੈ ਅੱਗੇ ਵੀ ਜਦੋਂ ਅਸੀਂ ਕੋਈ ਗੱਲ ਕਰਦੇ ਆਂ ਫਿਰ ਸਾਡੇ ਕੁਝ ਜਿਹੜੇ ਸੋਹਰਦ ਵੀਰ ਸਾਨੂੰ ਕਹਿਣਗੇ ਕਿ ਜੀ ਤੁਸੀਂ ਹਰ ਇੱਕ ਨੂੰ ਹੀ ਜਿਹੜਾ ਇਹ ਲੈ ਰਹੇ ਹੋ ਤੁਹਾਡੇ ਬਹੁਤ ਦੁਸ਼ਮਣ ਬਣ ਜਾਣੇ ਨੇ ਜੀ ਪਰ ਹੁਣ ਜਦੋਂ ਕੋਈ ਇਸ ਕਿਸਮ ਦਾ 이슈 ਆਂਦਾ ਹੈ ਜਿਹੜਾ ਕਿ ਸਿੱਧੇ ਤੌਰ ਤੇ ਗੁਰਮਤ ਦੇ ਉੱਤੇ ਵਾਰ ਦੀ ਤਰ੍ਹਾਂ ਬੇਸ਼ੱਕ ਬਹੁਤਿਆਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਇਹ ਠੀਕ ਹੈ ਵੀ ਜਿਨ੍ਹਾਂ ਨੂੰ ਅਸੀਂ ਗਲਿਬਲ ਜਾਂ ਵਲਨਰੇਬਲ ਕਹਿੰਦੇ ਆ ਉਹਨਾਂ ਦੇ ਲਈ ਐਕਸਰਸਾਈਜ਼ ਹੋਏਗੀ ਔਰ ਵਿੱਚ ਵੀ ਇਵੇਂ ਹੀ ਜਾਂਦਾ ਹੈ ਕਿ ਜੀ ਦੇਖੋ ਹੁਣ ਤਾਂ ਦੇਖੋ ਗੋਰੇ ਵੀ ਕਰਦੇ ਨੇ ਅਮਰੀਕਾ ਨੇ ਵੀ ਹਸਪਤਾਲਾਂ 'ਚ ਵੀ ਯੋਗਾ ਹੋ ਗਿਆ ਹੈ ਇਹਨਾਂ ਦੇ ਜਿੰਨੀਆਂ ਅ ਆਈਟੀ ਸੈਕਟਰ ਹੋਏ ਜਾਂ ਕਾਰਪੋਰੇਟ ਸੈਕਟਰ ਹੋਏ ਉਹਨਾਂ ਦੀਆਂ ਸਪੈਸ਼ਲ ਕਲਾਸਾਂ ਲੱਗਦੀਆਂ ਹੁਣ ਤਾਂ ਇਹ ਕੋਈ ਹਿੰਦੂਆਂ ਦਾ ਯੋਗਾ ਨਹੀਂ ਰਹਿ ਗਿਆ ਉਹਦੇ ਤਾਂ ਇਨਸਟ੍ਰਕਟਰ ਹੀ ਗੋਰੇ ਹੁੰਦੇ ਨੇ ਜੀ ਸੋ ਹੁਣ ਇਸ ਸਾਰਿਆਂ ਨੂੰ ਪਹਿਲਾਂ ਇੱਕ ਪਾਸੇ ਰੱਖ ਕੇ ਅਸੀਂ ਇਹ ਦੇਖੀਏ ਵੀ ਯੋਗਾ ਹੈ ਕਿ ਜੀ ਕੀ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਦੋਂ ਯੋਗਾ ਨਹੀਂ ਸੀ ਹੁੰਦਾ ਜਾਂ ਯੋਗਾ ਉਸ ਤੋਂ ਪਹਿਲਾਂ ਐਗਜ਼ਿਸਟ ਕਰਦਾ ਸੀ ਜਾਂ ਉਹਨਾਂ ਤੋਂ ਕੋਈ ਬਾਅਦ ਨਵੀਂ ਚੀਜ਼ ਆਈ ਜਿਹੜੀ ਸਾਨੂੰ ਦੇਖਣ ਦੀ ਲੋੜ ਹੈ ਵੀ ਸਿੱਖੀ ਚ ਇਹਨੂੰ ਅਸੀਂ ਐਡਾਪਟ ਕਰਨਾ ਹੈ ਕਿ ਨਹੀਂ ਕਰਨਾ ਹੈ ਜੀ ਸੋ ਮੂਡਲੇ ਤੌਰ ਤੇ ਹਕੀਕਤ ਇਹ ਹੈ ਕਿ ਜਦੋਂ ਬੁੱਧ ਧਰਮ ਕਿਉਂਕਿ ਬੁੱਧ ਧਰਮ ਸਿੱਧੇ ਤੌਰ ਤੇ ਰੱਬ ਦੀ ਹੋਂਦ 'ਤੇ ਨਾ ਯਕੀਨ ਕਰਦਾ ਸੀ ਨਾ ਉਸ ਤੋਂ ਮੁਨਕਰ ਸੀ ਜੀ ਪਰ ਉਹਨਾਂ ਨੇ ਇੱਕ ਆਪਣਾ ਡਿਸਪਲਨ ਜਿਹਦਾ ਨਿਰਵਾਣ ਰਸਤਾ ਰੱਖਿਆ ਔਰ ਉਹਦੇ ਥੱਲੇ ਉਹਨਾਂ ਨੇ ਇਨਰ ਜਿਹੜੇ ਨੇ ਤੌਰ ਤਰੀਕੇ ਸਾਧਨਾ ਇਕਾਗਰਤਾ ਜਿਹੜਾ ਉਸ ਨੂੰ ਆਧਾਰ ਬਣਾ ਕੇ ਜਿਹੜੀ ਹੈ ਆਪਣੀ ਫਿਲਾਸਫੀ ਦੀ ਗੱਲ ਕੀਤੀ ਭਾਵੇਂ ਕਿ ਬੁੱਧ ਧਰਮ ਕੰਪੈਸ਼ਨੇਟ ਸੀ ਦੂਸਰਿਆਂ ਦੇ ਲਈ ਇਸ ਲਈ ਹਿੰਸਾ ਦਾ ਸਿਧਾਂਤ ਜਿਹੜਾ ਹੈ ਕਿ ਜੀਵਾਂ ਦੇ ਉੱਤੇ ਵੀ ਤਰਸ ਕੀਤਾ ਜਾਏ ਇਹ ਬੁੱਧ ਧਰਮ ਚੋਂ ਹੀ ਨਿਕਲਿਆ ਜਿਹੜਾ ਬਾਅਦ ਚ ਬ੍ਰਾਹਮਣਵਾਦ ਨੇ ਉਹਨਾਂ ਦਾ ਸਫਾਇਆ ਕੀਤਾ ਤੇ ਫਿਰ ਆਪਣਾ ਹੀ ਨਾਰਾ ਲਾ ਦਿੱਤਾ ਜੀ ਹਿੰਸਾ ਪਰਮੋ ਧਰਮ ਹਿੰਸਾ ਦੇ ਨਾਲ ਡਿਸਟਰੋਏ ਕਰੋ ਤੇ ਫਿਰ ਸੂਡੋ ਸਪੀਕ ਕਰੋ ਝੂਠ ਬੋਲੋ ਜੀ ਜਦੋਂ ਬੁੱਧ ਧਰਮ ਦਾ ਸਫਾਇਆ ਹੋਇਆ ਤੇ ਜਿਹੜੀਆਂ ਉਸ ਤੋਂ ਬਾਅਦ ਦੀਆਂ 2-3 ਸਦੀਆਂ ਨੇ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੁੱਧ ਮਤ ਦੇ ਕੁਝ ਇਹੀ ਇਨਰ ਡਿਸਪਲਿਨ ਵਾਲੇ ਸਿਧਾਂਤ ਤੇ ਕੁਝ ਬ੍ਰਾਹਮਣ ਮਤ ਦੇ ਸੰन्यास ਔਰ ਉਹ ਸਾਰੇ ਚੋਂ ਇੱਕ ਮਿਲਗੋਬਾ ਪੰਥ ਨਿਕਲਿਆ ਆ ਜਾਂ ਇੱਕ ਮਿਲਗੋਬਾ ਰਸਤਾ ਨਿਕਲਿਆ ਹੈ ਧਰਮ ਨਿਕਲਿਆ ਜਿਹਨੂੰ ਯੋਗ ਬਤ ਕਿਹਾ ਜਾਂਦਾ ਹੈ ਜਿਸ ਦੇ ਗੋਰਖਨਾਥ ਬਚੰਦਰਨਾਥ ਇਸ ਕਿਸਮ ਦੇ ਜਿਹੜੇ ਨੇ ਉਹ 아이콘 ਹੋਏ ਔਰ yogiyan ਦਾ guru ਜਿਹੜਾ ਮਢਲੇ ਤੌਰ ਦੇ ਉੱਤੇ Shivji ਹੈ Shivji ਨੂੰ ਉਹ guru ਮੰਨਦੇ ਨੇ ਔਰ ਇਹਨਾਂ ਦੇ yog mat ਦੇ 12 firke ਨੇ ਜਿਨ੍ਹਾਂ ਦੇ ਵਿੱਚ 아이 ਪੰਥ ਜਿਹੜਾ ਉਹ ਸਭ ਤੋਂ ਉੱਚਾ ਮੰਨਿਆ ਜਾਂਦਾ ਹੁਣ ਇਹਨਾਂ ਦਾ ਜਿਹੜਾ sweep ਸੀ ਜਾਇ ਇਹਨਾਂ ਦਾ ਪ੍ਰਭਾਵ ਸੀ ਉੱਤਰੀ ਭਾਰਤ ਚ ਬਹੁਤ ਜ਼ਿਆਦਾ ਸੀ 12ਵੀਂ 12ਵੀਂ ਸਦੀ ਤੋਂ ਲੈ ਕੇ ਫਿਰ ਇਹਨਾਂ ਦਾ ਪੂਰਾ ਜ਼ੋਰ ਪੰਜਾਬ ਦੇ ਵਿੱਚ ਪੰਜਾਬ ਦੀਆਂ ਲੋਕ ਬੋਲੀਆਂ ਦੇ ਵਿੱਚ ਵੀ ਅਸੀਂ ਦੇਖਾਂਗੇ ਕਿ ਜਾਨਾ ਸਾਹਿਬ ਦੇ ਡੇਰੇ ਪੂਣੀਏ ਮੁੱਕ ਜਾ ਨਹੀਂ ਇਸ ਕਿਸਮ ਦੇ ਤੁਸੀਂ ਬਹੁਤ ਸਾਰੇ ਸੁਣੋਗੇ ਕਿ ਗੋਰਖਨਾਥ ਦੇ ਟਿੱਲੇ ਨਾਲ ਰਿਲੇਟਡ ਹੀ ਰਾਂਝਾ ਜਦੋਂ ਵਾਰਿਸ ਸ਼ਾਹ ਨੇ ਲਿਖਿਆ ਤਾਂ ਹੁਣ ਵਾਰਿਸ ਸ਼ਾਹ ਦਾ ਜਿਹੜਾ ਰਾਂਝਾ ਹੈ ਉਹ ਵੀ ਗੋਰਖਨਾਥ ਦੇ ਟਿੱਲੇ ਤੇ ਜਾਂਦਾ ਹੈ ਜੀ ਔਰ ਪਾਕਿਸਤਾਨ ਦੇ ਵਿੱਚ ਪੱਛਮੀ ਪੰਜਾਬ ਦੇ ਵਿੱਚ ਅਜੇ ਵੀ ਉਹ ਜਿੱਥੇ ਗੋਰਖਨਾਥ ਜਾਂ ਨਾਥਾਂ ਜਾਂ ਜੋਗੀਆਂ ਦੇ ਟਿੱਲੇ ਨੇ ਜਾਂ ਉਹਨਾਂ ਦੇ ਥਾਨ ਨੇ ਉਹ ਬਹੁਤ ਸਾਰੇ ਅਜੇ ਵੀ ਹੈ ਨੇ ਜੀ ਔਰ ਇਹ ਸਾਰਾ ਉਤਰੀ ਭਾਰਤ ਜਿਹੜਾ ਇਹ ਯੋਗ ਮਤ ਦੇ ਪ੍ਰਭਾਵ ਥੱਲੇ ਸੀ ਇਹ ਜਿਹੜੇ ਨੇ ਵਿਰਾਗੀ ਸੀ ਦੁਨੀਆ ਤੋਂ ਦੌੜੇ ਹੋਏ ਜੀ ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੇ ਵੇਲੇ ਦੇ ਬੇਸ਼ੱਕ ਅਸੀਂ Hindu ਔਰ Muslim ਦੋ ਥਾਟਸ ਦੀ ਗੱਲ ਤਾਂ ਕਰਦੇ ਹਾਂ ਪਰ ਅਸੀਂ ਜੇ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਵੱਲ ਧਿਆਨ ਮਾਰੀ ਹੈ ਜਾਂ ਬਾਣੀ ਵੱਲ ਧਿਆਨ ਦਈਏ ਕਿ ਯੋਗ ਜਿਹੜੇ ਕਿ ਯੋਗੀ ਇਹ ਕਲੇਮ ਕਰਦੇ ਸੀ ਕਿ ਉਹਨਾਂ ਕੋਲ ਮੈਸੇਜ ਹੈ ਜੁਗਤ ਹੈ ਜੀਵਨ ਦੀ ਜੀ ਹੁਣ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਜਿਹੜਾ ਸ਼ਾਹਕਾਰ ਹੈ ਸਾਡੀ ਸਿਮਰਨ ਦੀ ਬਾਣੀ ਹੈ ਉਸ ਦੀਆਂ ਚਾਰ ਪੌੜੀਆਂ ਜਿਹੜੀਆਂ ਨੇ ਉਹ ਜੋਗੀਆਂ ਨੂੰ ਸੰਬੋਧਨ ਹੋ ਕੇ ਉਚਾਰੀਆਂ ਨੇ ਜੀ ਔਰ ਜੋਗੀਆਂ ਦੇ ਨਾਲ ਉਹ ਗੋਰਖ ਮਤੇ ਹੋਏ ਜਿਹੜਾ ਕਿ ਨਾਨਕ ਮਤਾ ਬਣਿਆ ਉਹ ਮਾਨਸ ਰੂਵਰ ਹੋਏ ਜਾਂ ਉਹ ਅਚਲ ਵਟਾੜੇ ਹੋਏ ਜੀ ਇਹਨਾਂ ਸਾਰੀਆਂ ਡਿਬੇਟਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਜੋਗਾ ਦੀ ਫਿਲਾਸਫੀ ਹੈ ਜੋਗ ਮਤ ਹੈ ਜਿਹਦੀ ਸ਼ੁਰੂਆਤ ਜਿਹੜੀ ਹੈ ਜਦੋਂ ਪਤੰਜਲੀ ਇਹਨਾਂ ਦਾ ਪਿਤਾ ਹੈ ਔਰ ਅੱਜ ਵੀ ਜਦੋਂ ਤੁਸੀਂ ਗ੍ਰੰਥ ਪੁਰਾਣੇ ਦੇਖਦੇ ਹੋ ਤੇ ਪਤੰਜਲੀ ਦਾ ਅਸ਼ਟਾਂਗ ਯੋਗ ਹੈ ਅਸ਼ਟਾਂਗ ਦਾ ਮਤਲਬ ਅੱਠ ਅੰਗ ਨੇ ਜੀ ਫਿਜ਼ੀਕਲ ਐਕਸਰਸਾਈਜ਼ ਇਹ ਤਾਂ ਇਹ ਹੈ ਵੀ ਯੋਗੀ ਚੜੇ ਹੋਏ ਨੇ ਪਹਾੜਾਂ ਦੇ ਉੱਤੇ ਗੁਫਾਵਾਂ 'ਚ ਵੜੇ ਨੇ ਉੱਥੇ ਠੰਡ ਹੈ ਗਰਮੀ ਹੈ ਅੰਦਰ ਬੈਠੇ ਕੋ ਲਤ ਉੱਚੀ ਕਰ ਲਈ ਕੋ ਨੀਵੀਂ ਕਰ ਲਈ ਬਾਹਰ ਸ਼ੇਰ ਭਾਲੂ ਨੇ ਵੀ ਉਹ ਨਾ ਕਰ ਜਾਣ ਇਹ ਉਸ 'ਚੋਂ ਨਿਕਲਿਆ ਲੇਕਿਨ ਇਹਦਾ ਆਧਾਰ ਯੋਗ ਮਤ ਦਾ ਅਧਿਆਤਮ ਹੈ ਔਰ ਜੋਗ ਮਤ ਦੀ ਇੱਕ ਫਿਲਾਸਫੀ ਹੈ ਜਿਹੜੀ ਕਿ ਸ਼ਿਵਜੀ ਨੂੰ ਗੁਰੂ ਮੰਨ ਕੇ ਔਰ ਉਹਨਾਂ ਸਾਰੇ ਸਿਧਾਂਤਾਂ 'ਤੇ ਯਕੀਨ ਰੱਖਦੀ ਏ ਜਿਨੂੰ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਅਸੀਂ ਮੁੰਦਾ ਸੰਤੋਖ ਸ਼ਰਮ ਪਤ ਝੋਲੇ ਜਾਂ ਭੂਗਤ ਗਿਆਨ ਦਇਆ ਪੰਡਾਰਨ ਏਕਾ ਮਾਈ ਜੁਗਤ ਵਿਆਹੀ ਆਸਣ ਲੋਏ ਲੋਏ ਪੰਡਾਰ ਇਹ ਪੌੜੀਆਂ ਸਾਰੀਆਂ ਪੜਦੇ ਆ ਤੇ ਇਹ ਜੋਗੀਆਂ ਨੂੰ ਸੰਬੋਧਨ ਹੋ ਕੇ ਨੇ ਕਿ ਭਾਈ ਕਿਵੇਂ ਤੁਹਾਡੀਆਂ ਜਿਹੜੀਆਂ ਮੁੰਦਰਾ ਨੇ ਉਹ ਸੰਤੋਖ ਹੋਣਾ ਚਾਹੀਦਾ ਕਿਉਂਕਿ ਜੋਗੀ ਕੰਨਾਂ 'ਚ ਮੁੰਦਰਾ ਪਾਉਂਦੇ ਨੇ ਝੂਲੀ ਉਹਨਾਂ ਨੇ ਰੱਖਿਆ ਹੁੰਦਾ ਝੋਲਾ ਮੰਗਣ ਦੇ ਲਈ ਵਿਭੂਤ ਲੋਂਦੇ ਨੇ ਜੀ ਇਹ ਇੱਕ ਉਹਨਾਂ ਦੀ ਖਿੰਥਾ ਹੁੰਦੀ ਹੈ ਜਿਹੜੀ ਕਿ ਉਹਨਾਂ ਨੇ ਗੋਦੜੀ ਪਾਈ ਹੁੰਦੀ ਹੈ ਉਹ ਬ੍ਰਹਮਚਾਰੀ ਹੁੰਦੇ ਨੇ ਤੇ ਹੱਥ 'ਚ ਡੰਡਾ ਫੜਿਆ ਹੁੰਦਾ ਹੁਣ ਗੁਰੂ ਸਾਹਿਬ ਕਹਿੰਦੇ ਨੇ ਮੁੰਦਾ ਸੰਤੋਖ ਸੰਤੋਖ ਦੀਆਂ ਮੁੰਦਰਾ ਪਾਓ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਜੀ ਸ਼ਰਮ ਮਿਹਨਤ ਕਰਨੀ ਹੈ ਤੁਹਾਡੀ ਝੋਲੀ ਹੋਏ ਬਬੂਤੀ ਧਿਆਨ ਦੀ ਲਿਓ ਜੀ ਧਿਆਨ ਕੀ ਕਰੇ ਬਬੂਤ ਖਿੰਥਾ ਕਾਲ ਮੌਤ ਦਾ ਡਰ ਤੁਹਾਡੀ ਖਿੰਥਾ ਹੋਏ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਇਹ ਜਿਹੜਾ ਕੁਆਰੀ ਕਾਇਆ ਰੱਖਣਾ ਹੈ ਬ੍ਰਹਮਚਾਰੀ ਰਹਿਣਾ ਇਹ ਜੁਗਤ ਹੋਏ ਤੁਹਾਡੀ ਡੰਡਾ ਪ੍ਰਤੀ ਤੇ ਜਿਹੜਾ ਤੁਹਾਡਾ ਫੜਿਆ ਡੰਡਾ ਹੈ ਤੁਹਾਡੇ ਚ ਵਿਸ਼ਵਾਸ ਹੋਏ ਆਈ ਪੰਥੀ ਸਗਲ ਜਮਾਤ ਦੀ ਤੁਹਾਡੇ 12 ਚ ਆਈ ਪੰਥ ਤੁਹਾਡਾ ਸੁਪੀਰੀਅਰ ਹੈ ਇੱਥੇ ਸਾਰੇ ਜਿਹੜੇ ਨੇ ਅਧਿਆਤਮ ਦੇ ਰਸਤੇ ਦੇ ਨੇ ਉਹ ਆਈ ਪੰਥੀ ਨੇ ਮਨ ਜੀਤੇ ਜਗ ਜੀਤ ਸੰਸਾਰ ਤੋਂ ਭੱਜਣ ਦੀ ਲੋੜ ਨਹੀਂ ਹੈ ਜੀ ਮਨ ਨੂੰ ਜਤੋ ਤੇ ਫੇਰ ਇਹ ਜੋਗੀ ਜਦੋਂ ਵੱਡੇ ਗਰੁੱਪਾਂ 'ਚ ਮਾਰਚ ਕਰਦੇ ਸੀ ਤੇ ਆਦੇ ਸਾਦੇਸ ਉਸ ਜਿਹੜਾ ਇਹ ਉਹਨਾਂ ਦਾ ਸਲੋਗਨ ਸੀ ਸੋ ਗੁਰੂ ਸਾਹਿਬ ਨੇ فرمایا ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇ ਸਾਡਾ ਆਦੇਸ ਉਹਨੂੰ ਇਵੇਂ ਹੀ ਭੁਗਤ ਗਿਆਨ ਏਕਾ ਮਾਈ ਔਰ ਇਹ ਉਹਨਾਂ ਦਾ ਫੇਥ ਕੇ ਜੀ ਸ਼ਿਵਜੀ ਸਭ ਨੂੰ ਦੰਦਾ ਰੋਜ਼ ਖਵਾ ਕੇ ਸੌਂਦਾ ਉਹਨੂੰ ਚੌਥੀ ਪੌੜੀ 'ਚ ਜਿਹੜੀ ਇਹਨਾਂ ਸਿੱਧਾਂ ਦੇ ਪਰਥਾਏ ਆ ਜੋਗੀਆਂ ਦੇ ਆਸਣ ਲੋਏ ਲੋਏ ਪੰਡਾਰ ਜੋ ਉਹਦਾ ਆਸਣ ਜਿਹੜਾ ਹਰ ਲੋ ਦੇ ਵਿੱਚ ਹਰ ਕੰਟੀਨੈਂਟ ਦੇ ਵਿੱਚ ਦੁਨੀਆ ਦੇ ਹਰ ਖਿੱਤੇ ਵਿੱਚ ਬ੍ਰਹਿਮੰਡ ਦੇ ਹਰ ਖਿੱਤੇ ਵਿੱਚ ਜੋ ਕਿਛ ਪਾਇਆ ਸੋ ਏਕਾ ਵਾਰ ਜੋ ਨਿਰੰਕਾਰ ਨੇ ਜ ਸਭ ਦਾ ਅਨਜਾਲ ਇਕੋ ਵਾਰ ਹੀ ਪਾ ਦਤਾ ਹੈ ਇਕੋ ਵਾਰ ਹੀ ਸਾਰਾ ਰਿਜਕ ਰੱਖ ਦਿੰਦਾ ਹੈ ਸਭ ਕੁਝ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸਚੇ ਕੀ ਸਾਚੀ ਕਾਰ ਜੀ ਹੁਣ ਜੋਗਾਂ ਜੋਗੀਆਂ ਦਾ ਇਹ ਹੈ ਕਿ ਜੀ ਸੰਸਾਰ ਮਿੱਥਿਆ ਹੈ ਗੁਰੂ ਸਾਹਿਬ ਨੇ ਕਿਹਾ ਭਾਈ ਇਹ ਨਾਨਕ ਜਿਹੜਾ ਸੱਚੇ ਕੀ ਸਾਚੀ ਕਾਰ ਉਹ ਆਪ ਸੱਚੇ ਤੇ ਉਹਦੀ ਕਾਰ ਵੀ ਸੱਚੀ ਹੈ ਉਸ ਨਰਨਾਰਨਕਾਰ ਨੇ ਕ੍ਰੀਏਟ ਕੀਤੀ ਹੈ ਔਰ ਇਸੇ ਲਈ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਜਿਹੜਾ ਰਸਤਾ ਹੈ ਜੀ ਜਿਹੜਾ ਤੁਸੀਂ ਜੋਗੀ ਕਲੇਮ ਕਰਦੇ ਹੋ ਕਿ ਤੁਹਾਡੇ ਕੋਲ ਸੱਚ ਹੈ ਜਾਂ ਝੁਗਤ ਹੈ ਇਹ ਤੁਸੀਂ ਝੂਠ ਬੋਲਦੇ ਹੋ ਔਰ ਗੁਰੂ ਨਾਨਕ ਸਾਹਿਬ ਦਾ ਇਹ ਵਾਕ ਹੈ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ ਕਿ ਕਾਜ਼ੀ ਕਲੇਮ ਕਰਦਾ ਕਿ ਮੈਂ ਇਸਲਾਮ ਦੀ ਸ਼ਰੀਅਤ ਨੂੰ ਇੰਟਰਪ੍ਰੀਟ ਕਰਦਾ ਇਨਸਾਫ ਦਿੰਦਾ ਅਰਬੂਤ ਸਾਹਿਬ ਕਹਿੰਦੇ ਨੇ ਵੀ ਇਹ ਝੂਠ ਦੇ ਉੱਤੇ ਹੈ ਕਾਦੀ ਕੂੜ ਬੋਲ ਮਲ ਖਾਏ ਇਹ ਝੂਠ ਦਾ ਗੰਦ ਖਾਂਦਾ ਹੈ ਸੱਚ ਦੀ ਰਾਹ ਤੇ ਖਲੋ ਕੇ ਇਨਸਾਫ ਨਹੀਂ ਕਰਦਾ ਬ੍ਰਾਹਮਣ ਨਾਵੇ ਜੀਆਂ ਖਾਏ ਜਿੱਥੇ ਬ੍ਰਾਹਮਣ ਦੀ ਗੱਲ ਹੈ ਉੱਥੇ ਛੁਰੀ ਹੈ ਬਲੱਡ ਹੈ ਜ਼ੁਲਮ ਹੈ ਕਿ ਇਹ ਇਹਦਾ ਜਿਹੜਾ ਹਾਰ ਹੈ ਬ੍ਰਾਹਮਣ ਦਾ ਇਹ ਜੀਵਾਂ ਦਾ ਘਾਣ ਕਰਕੇ ਹੈ ਐਕਸਪਲੋਇਟਡ ਲੇਬਰ ਲੋਕਾਂ ਨੂੰ ਦੁੱਖ ਦੇਣਾ ਉਹਨਾਂ ਨੂੰ ਨਿਚੋੜਨਾ ਝੂਠ ਦੇ ਨਾਲ ਉਹਨਾਂ ਨੂੰ ਵਹਿਮਾਂ ਪਰਮਾਂ ਵਿੱਚ ਫਸਾਣਾ ਜੀ ਉਹ ਬ੍ਰਾਹਮਣ ਨਾ ਆਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਜੋਗੀ ਕਲੇਮ ਕਰਦਾ ਹੈ ਕਿ ਉਹਦੇ ਕੋਲ ਵੇ ਆਫ ਲਾਈਫ ਹੈ ਪਰ ਉਹਨੂੰ ਕੋਈ ਪਤਾ ਨਹੀਂ ਹੈ ਜੁਗਤ ਦਾ ਜੋਗੀ ਜੁਗਤ ਨਾ ਜਾਣੇ ਅੰਧ ਇਹ ਅੰਨੇ ਜੀ ਹੁਣ ਅਸੀਂ ਕੰਨਿਆ ਤੇ ਮਗਰ ਲੱਗਣੇ ਸਜਾਖਿਆ ਨੇ ਜੀ ਲੱਗੇ ਹੋਏ ਨੇ ਜੀ ਆ ਜੋਗਾ ਸਕੂਲਾਂ ਚ ਵੜ ਗਿਆ ਗੁਰਦੁਆਰਿਆਂ ਚ ਵੜ ਗਿਆ ਇਹ ਕੈਂਪ ਆ ਗਿਆ RAMDEV ਆ ਗਿਆ ਇਹ ਰਜਨੀਸ਼ ਆ ਗਿਆ ਇਹ ਮਹੇਸ਼ ਯੋਗੀ ਆ ਗਿਆ ਇਹ ਭਜਨ ਯੋਗੀ ਆ ਗਿਆ ਇਹੀ ਕੰਮ ਰਹਿ ਗਿਆ ਅਸੀਂ ਹਰ ਥਾਂ ਡਿਗਣਾ ਹੀ ਹੈ ਇਸ ਗੁਰੂ ਨਾਨਕ ਦੇ ਜਿਹੜਾ ਗਾਡੀ ਰਾਹ ਸਾਨੂੰ ਦੱਸਿਆ ਉਹਨੂੰ ਛੱਡ ਕੇ ਅਸੀਂ ਕਿਧਰ ਟੱਕਰਾ ਮਾਰ ਰਹੇ ਜੀ ਜੀ ਔਰ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਸਾਰਾ ਇਸ ਕਿਸਮ ਦਾ ਔਰ ਇਸ ਹਫਤੇ ਦੀ ਮੇਰੀ ਲਖਤ ਵੀ ਜਿਹੜੀ ਚੜ੍ਹਦੀ ਕਲਾ ਚ ਐਜ਼ ਐਨ ਐਡੀਟੋਰੀਅਲ ਔਰ 12 ਹੋਰ ਪਬਲਿਕेशंस ਦੇ ਵਿੱਚ ਛਪੇਗੀ ਔਰ ਅੱਜ ਜੀ ਉਹਨੂੰ ਮੈਂ ਕੰਪਲੀਟ ਕੀਤਾ ਹੈ ਇਹ ਸਾਰੇ ਪਾਰਟ ਨੂੰ ਕਿ ਕਿਵੇਂ ਇਹ ਜੋਗਾ ਦੀ ਗੱਲ ਸਿੱਖੀ ਚ ਵਾਰਨਾ ਜੋਗੀ ਭਜਨ ਨੇ ਕਿਵੇਂ ਉਹ ਸਾਰਾ ਮਿਸ ਇੰਟਰਪ੍ਰੀਟ ਕੀਤਾ ਹੈ ਕਿਵੇਂ ਅਕਾਲੀਆਂ ਨੂੰ ਜਿਹੜਾ ਉਹ ਵਰਗਲਾ ਕੇ ਨਾਲ ਲਾਇਆ ਉਹਨਾਂ ਦਾ ਕੰਪਲੈਕਸ ਸੀ ਕਿ ਜੀ ਸਾਡੇ ਤਾਂ ਆਪਣੇ ਬੱਚੇ ਸਿੱਖੀ ਚ ਨਹੀਂ ਆ ਦੇਖੋ ਜਾ ਕੇ ਗੋਰੇ ਸਿੱਖ ਬਣਾ ਦੱਤੇ ਨੇ ਉਹਨੇ ਜੀ ਔਰ ਉਦੋਂ ਵੀ ਜਿਹੜੇ ਸਿਆਣੇ ਵਿਦਵਾਨ ਸੀ ਡਾਕਟਰ ਤਰਲੋਚਨ ਸਿੰਘ ਵਰਗੇ ਉਹਨਾਂ ਨੇ ਇਹ ਕਿਹਾ ਸੀ ਕਿ ਅੱਜ ਤੁਸੀਂ ਇਹ ਯੋਗਾ ਜਿਹੜਾ ਹੈ ਇਸ ਗੱਲ ਤੁਸੀਂ ਖੁਸ਼ ਹੋ ਜੀ ਗੋਰੇ ਸਿੰਘ ਵੰਡ ਰਹੇ ਨੇ ਕੋਈ ਨਹੀਂ ਯੋਗਾ ਕਰਨਗੇ ਇਹ ਤੁਹਾਡੀ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਵਾਲੀ ਗੱਲ ਹੈ ਤੁਸੀਂ Hindu eyes ਕਰ ਰਹੇ ਹੋ ਔਰ ਅੱਜ 40 ਸਾਲ ਬਾਅਦ ਇਹ ਗੱਲ ਜਿਹੜੀ ਡਾਕਟਰ ਤਰਲੋਚਨ ਸਿੰਘ ਦੀ ਸਾਹਮਣੇ ਆ ਰਹੀ ਹੈ ਗੁਰਦੁਆਰਿਆਂ ਦੇ ਵਿੱਚ ਯੋਗਾ ਦੀਆਂ ਕਲਾਸਾਂ ਜੇ ਤੁਸੀਂ ਰੋਕਣ ਦਾ ਯਤਨ ਕਰਦੇ ਹੋ ਤੁਹਾਡੇ ਹੀ ਆਪਣੇ ਖਿਲਾਫ ਹੋ ਜਾਂਦੇ ਨੇ ਇਹ ਜੀ ਐਕਸਰਸਾਈਜ਼ ਹੀ ਕਰਾ ਰਹੇ ਨੇ ਜੀ ਇਹਦੇ ਵਿੱਚ ਕੀ ਹਰਜ਼ ਹੈ ਜੀ ਤੇ ਹੁਣੇ ਖਾਲਸਾ ਸਕੂਲ ਸਰੀ ਦਾ ਜਿਹੜਾ ਚੰਗਾ ਕੰਮ ਕਰ ਰਿਹਾ ਜੀ ਉਹਨਾਂ ਨੇ ਬੱਚਿਆਂ ਨੂੰ ਮਾਪਿਓ ਭੇਜਣ ਬੱਚਿਆਂ ਨੂੰ ਕਿ ਜੀ ਸਿੱਖੀ ਸਿਖਾਣੀ ਹੈ ਕਿਉਂਕਿ ਖਾਲਸਾ ਸਕੂਲ ਚ ਪੜੋਣਾ ਹੈ ਜੀ ਤੇ ਉਹ ਜਾ ਕੇ ਉੱਥੇ ਪੁੱਠੇ ਲਟਕ ਰਿਆ ਨੇ ਛਤਰ ਨਾਲ ਨਾਲ ਓਮ ਕਰ ਰਹੇ ਨੇ ਓਮ ਨਹੀਂ ਸਤਨਾਮ ਕਹਿ ਲੈਣਗੇ ਕੀ ਫਰਕ ਪੈਂਦਾ ਪਰ ਅਲਟੀਮੇਟਲੀ ਤੁਸੀਂ ਉਸ ਰਸਤੇ ਤੇ ਤੁਰ ਦਿੱਤੇ ਹੁਣ ਪੋਪ ਦਾ ਇਹ ਫਰਮਾਨ ਸੀ ਜਿਹੜਾ ਉਹਨਾਂ ਨੇ ਆਪਣਾ ਫਤਵਾ ਦਿੱਤਾ ਆਪਣੇ ਸਾਰੇ ਕੈਥੋਲਿਕਸ ਨੂੰ ਕਿ ਵੀ ਇਹ ਐਂਟੀ ਸਾਈ ਪ੍ਰੈਕਟਿਸ ਹੈ ਇਸਾਈਆਂ ਦਾ ਵਿਰੋਧ ਹੈ ਇਹਨੂੰ ਕੈਥੋਲਿਕ ਜੁਆਇਨ ਨਾ ਕਰਨ ਕੋਈ ਇੰਡੀਵਿਜੂਅਲੀ ਜਾਂਦਾ ਜੀਸਸ ਦੇ ਕਰਦਾ ਜਾਏ ਪਰ ਕੋਈ ਕੈਥੋਲਿਕ ਚਰਚਸ ਦੇ ਨਾਲ ਕੋਈ ਯੋਗਾ ਦੀਆਂ ਕਲਾਸਿਸ ਨਹੀਂ ਲੱਗਦੀਆਂ ਜੀ ਮੁਸਲਮਾਨ ਨੇ ਹਿੰਦੁਸਤਾਨ ਚ 140 ਮਿਲੀਅਨ ਰਹਿੰਦੇ ਨੇ ਦੁਨੀਆਂ ਚ 1.5 ਬਿਲੀਅਨ ਨੇ ਦੇਖਿਆ ਕਿਸੇ ਮਸਜਿਦ ਦੇ ਨਾਲ ਕਿ ਵੀ ਉੱਥੇ ਯੋਗਾ ਦੀਆਂ ਗਰੀਬ ਹੋਣਗੇ ਗੁਰਬਤ ਹੋਏਗੀ ਜੀ ਕਮਜ਼ੋਰੀਆਂ ਵੀ ਹੋਣਗੀਆਂ ਹਰ ਧਰਮ ਵਾਲਿਆਂ ਨੇ ਕਦੇ ਦੇਖਿਆ ਵੀ ਉਹ ਲਟਕ ਰਿਆ ਨੇ ਪੁੱਠੇ ਮਸੀਦ ਦੇ ਨਾਲ ਦੇ ਕਮਰੇ ਚ ਕੇ ਜੀ ਉਹ ਉਹਨਾਂ ਨੇ ਹੈਲਥੀ ਨਹੀਂ ਹੋਣਾ ਜੀ ਜੀ ਬਿਲਕੁਲ ਇਹ ਸਿੱਖਾਂ ਨੂੰ ਵੀ ਸਾਰੀਆਂ ਬਿਮਾਰੀਆਂ ਚੰਬੜੀਆਂ ਨੇ ਵੀ ਅਸੀਂ ਜਿਹੜਾ ਆਇਆ ਜੋਗੀ ਸਿਰ ਤੇ ਬਿਠਾ ਲਿਆ ਕੋਈ ਤੰਤਰਕ ਆਇਆ ਉਹ ਬਿਠਾ ਲਿਆ ਜੋਤਸ਼ੀਆਂ ਨੂੰ 90% ਦੀ ਕਲਾਇੰਟੇਲ ਅਸੀਂ ਦੇਣੀ ਹੈ ਸੋ ਮੈਂ ਸਮਝਦਾ ਵੀ ਇਸ ਸਟੈਪ ਦਾ ਪੂਰਾ ਵਿਰੋਧ ਕਰਨਾ ਚਾਹੀਦਾ ਜੀ ਕੋਈ ਘਬਰਾਣ ਡਰਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਇਹ ਟਾਈਮ ਆ ਗਿਆ ਕਿ ਬਈ ਹੁਣ ਜੋਗੀ ਭਜਨ ਤਾਂ ਚਲਾ ਗਿਆ ਉਹ ਤੋਂ ਬਾਅਦ ਉਹਦੇ ਟੱਬਰ ਦੇ ਔਰ ਜਿਹੜੇ ਭਜਨ ਜੋਗੀ ਨੇ ਚੇਲੇ ਬਣਾਏ ਸੀ ਉਹਨਾਂ ਦੀ ਰਿਲੀਟਿਗੇਸ਼ਨ ਚੱਲ ਰਹੀ ਹੈ ਮੈਨੂੰ ਸਾਲ ਪਹਿਲਾਂ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਹੈ ਨਿਊ ਮੈਕਸਿਕੋ ਦੇ ਵਿੱਚ ਜੀ ਐਸਪੈਨੋ ਐਸਪੈਨੀਓਲਾ ਸ਼ਾਇਦ ਉਹਦਾ ਨਾਮ ਹੈ ਉੱਥੇ ਜਾਣ ਦਾ ਮੌਕਾ ਮਿਲਿਆ ਜਾ ਕੇ ਦੇਖੋ ਮੈਂ ਹੈਰਾਨ ਐ ਵੀ ਇੱਕ ਤੋਂ ਬਾਅਦ ਇੱਕ ਜਥੇਦਾਰ ਉੱਥੇ ਤੁਰਿਆ ਹੁੰਦਾ ਇੰਨਾ Hindu eyes ਐ ਕੰਮ 8 ਬਾਵਾਂ ਵਾਲੀ ਦੁਰਗਾ ਦੀ ਫੋਟੋ ਲਾਈ ਹੋਈ ਹੈ ਅਧੀਆਂ Hindu practices ਸਾਰੀਆਂ ਬਾਹਰ ਸ਼ਿਵਜੀ ਦੀ ਮੂਰਤ ਰੱਖੀ ਹੋਈ ਹੈ ਵਿੱਚ ਵੜਦੇ ਆ ਸ੍ਰੀ ਚੰਦ ਕਿਤੇ ਬਿਠਾਇਆ ਹੋਇਆ ਸੋ ਇਹ ਸਿਰਫ ਡਾਲਰ ਦੇਖ ਕੇ ਉੱਥੋਂ ਆਣ ਵਾਲੇ ਕਿ ਵੀ ਲਫਾਫਿਆਂ 'ਚ ਇਹਨਾਂ ਦੇ ਡਾਲਰ ਪਾ ਦਿੰਦੇ ਨੇ ਜਾ ਕੇ ਐਸਪਨਿਓਲਾਂ ਉੱਥੇ ਜਾ ਕੇ ਬਹਿ ਜਾਂਦੇ ਨੇ ਇਹਨਾਂ ਨੇ ਕਦੇ ਨਹੀਂ ਦੇਖਿਆ ਹੈ ਵੀ ਇਹ ਕਿਵੇਂ ਕਿਸ ਤੇਜ਼ੀ ਨਾਲ ਹਿੰਦੂ ਮਤ ਜਿਹੜਾ ਵਿੱਚ ਲਿਆ ਕੇ ਬਾੜਿਆ ਔਰ ਇਹ ਭਜਨ ਜੋਗੀ ਜਿਹੜਾ ਇਹ ਉਹਦਾ ਚੇਲਾ ਸੀ ਵਿਸਾਖਾ ਜਿਹੜਾ ਵਿਰਸਾ ਸਿੰਘ ਗੋਬਿੰਦ ਸਿੰਘ ਦਿੱਲੀ ਵਾਲੇ ਦਾ ਔਰ ਉਹ ਅੱਗੋਂ ਸ੍ਰੀ ਚੰਦ ਦਾ ਚੇਲਾ ਸੀ ਬਾਦਲ ਨੇ ਸ੍ਰੀ ਚੰਦ ਦੇ ਜਨਮ ਦਿਨ ਦੀ ਵੀ ਛੁੱਟੀ ਪੰਜਾਬ 'ਚ ਕੀਤੀ ਉਹਨੂੰ ਗੁਰੂ ਨਾਨਕ ਸਾਹਿਬ ਦੇ ਬਰਾਬਰ ਬਿਠਾ ਦਿੱਤਾ ਲਿਆ ਜੀ ਸੋ ਅਸੀਂ ਜੇ ਇਹਨੂੰ ਨਹੀਂ ਸਮਝਾਂਗੇ ਉੱਥੇ ਤਾਂ ਹਿੰਦੂਕਰਨ ਕੀਤਾ ਹੀ ਹੋਇਆ ਹੈ ਬਾਹਰ ਜਿਹੜੀ ਮਾੜੀ-ਮੋਟੀ ਸਮਝ ਆਏ ਉਹਨੂੰ ਸਮਝ ਲਈਏ ਤਾਂ ਬਚ ਜਾਈਏ ਮਾੜਾ-ਮੋਟਾ ਅਦਰਵਾਈਜ਼ ਇਹ ਇਹਦੇ 'ਚੋਂ ਕੋਈ ਹੂਪ ਨਹੀਂ ਹੈ ਔਰ ਇਹ ਮੈਂ ਸਮਝਦਾ ਵੀ ਬੜਾ ਖਤਰਨਾਕ ਮੂਵ ਹੈ ਖਾਲਸਾ ਸਕੂਲ ਦੇ ਵਿੱਚ ਉਹਨੂੰ ਰੈਗੂਲਰ ਮੰਡੇਟਰੀ ਬਣਾਣਾ ਰੱਖਣਾ ਹੈ ਤੁਸੀਂ ਆਪਸ਼ਨਲ ਰੱਖੋ ਜੇ ਤੁਸੀਂ ਐਡਾ ਹੀ ਤੁਹਾਨੂੰ ਲੱਗਦਾ ਵੀ ਤੁਸੀਂ ਬਿਮਾਰ ਰਹਿੰਦੇ ਹੋ ਤੇ ਯੋਗੀ ਭਜਨਯੋਗੀ ਦੇ ਕਿਹੜੀ 150 ਸਾਲ ਦੀ ਉਮਰ ਹੋਈ ਹੈ ਔਰ ਅਖੀਰ ਤੱਕ ਆਪ ਅੰਗਰੇਜ਼ੀ ਦਵਾਈਆਂ ਖਾਂਦਾ ਹੁੰਦਾ ਸੀ ਦਿਨ ਵੇਲੇ ਚਾਂਦੀ ਦੀਆਂ ਤਸ਼ਤਰੀਆਂ 'ਚ ਪਾ ਕੇ ਲਈ ਹੁੰਦੀਆਂ ਸੀ ਬੀਬੀਆਂ ਕਿ ਜੀ ਆਹ ਹੁਣ ਦਵਾਈ ਦਾ ਟਾਈਮ ਆ ਉਹ ਦੂਵਾਰੀ ਬਾਈਪਾਸ ਹੋਇਆ ਐਡਾ ਕਿਹੜਾ ਯੋਗਾ ਜਿਹੜਾ ਉਹ ਹੈਲਥੀ ਰੱਖਦਾ ਵੀ ਭਜਨਯੋਗੀ ਹੈਲਥੀ ਰਹੇ ਜਿਹਾ ਦੂਸਰਿਆਂ ਦਾ ਵੀ ਦੇਖਿਆ ਹੀ ਆ ਕਿ ਆ ਆਪ ਸਭ ਅੰਗਰੇਜ਼ੀ ਇਲਾਜ ਕਰਵਾਉਂਦੇ ਨੇ ਜਾ ਕੇ ਰੱਖਿਆ ਇਹਨਾਂ ਨੇ ਵੇਚਣ ਲਈ ਸੌਦਾ ਪਰ ਇਹ ਜਿਹੜਾ ਸੋ ਕਾਲਡ एक्सरसाइज ਦੇ ਨਾਂ ਥਲੇ ਯੋਗਾ ਹੈ ਬਿਲਕੁਲ ਐਂਟਾਈਸਿਕ ਪ੍ਰੈਕਟਿਸ ਹੈ ਇਸਾਈਆਂ ਨੇ ਇਹਨੂੰ ਨਕਾਰਿਆ ਹੈ ਮੁਸਲਮਾਨਾਂ ਨੇ ਨਕਾਰਿਆ ਕੋਈ ਵੀ ਧਰਮ ਵਾਲਾ ਇਹਨੂੰ ਆਪਣਾ ਹਿੱਸਾ ਨਹੀਂ ਬਣਾਉਂਦਾ ਅਸੀਂ ਆਪਣਾ ਹਿੱਸਾ ਬਣਾਉਣ ਤੇ ਕਿਉਂ ਤੁਰੇ ਹੋਏ ਜੀ ਜੀ ਤੋਂ ਮੇਰਾ ਖਿਆਲ ਹੈ ਬੜੀ ਸੀਰੀਅਸ ਮੈਟਰ ਹੈ ਔਰ ਇਸ ਮੂਵ ਦਾ ਖੁੱਲ ਕੇ ਵਿਰੋਧ ਕਰਨਾ ਚਾਹੀਦਾ ਜੀ ਬਿਲਕੁਲ ਡਾਕਟਰ ਸਾਹਿਬ ਡਾਕਟਰ ਸਾਹਿਬ ਹੁਣ ਮਿਲ ਆ ਗਿਆ ਇੱਕ ਬ੍ਰੇਕ ਤਾਂ ਵੀਅਰਜ਼ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਇੱਕ ਛੋਟੇ ਬ੍ਰੇਕ ਦੁਆਰ